ਕੀ ਹਾਲ ਚਾਲ ਹੈ? ਠੀਕ ਠਾਕ ਉਮੀਦ ਹੈ ਗੱਲਾਂ ਪਾ ਕੇ ਕਰਮ ਕਰਨਾ ਠੀਕ ਠਾਕ ਹੋਵੋਗੇ। ਅਤੇ ਅੱਜ ਮੈਂ ਫਿਰ ਹਾਜ਼ਰ ਹੈ ਆਪਣੀ ਇੱਕ ਨਵੀਂ ਦਲੀਲ ਦੱਸ ਚੁੱਕੀ ਉਹਦੇ ਨਾਲ, ਅਤੇ ਚਲੋ ਸ਼ੁਰੂ ਕਰਨੇ ਆਈ ਗੱਲ। ਕਿੰਗਰਾ ਤੋਂ ਬਰਾਏ ਰਸਤਾ ਜ਼ਫਰਵਾਲ ਰੋਡ ਦੇ ਡੇਕ ਆਉਂਦੀ ਹੈ, ਅਤੇ ਇਸ ਡੇਕ ਦਾ ਸਾਡੇ ਇਲਾਕੇ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਹੈ। ਸਭ ਤੋਂ ਜ਼ਿਆਦਾ ਫਾਇਦਾ ਹੈ ਕਿ ਜਿੰਨੀ ਵੀ ਸਾਡੇ ਇਲਾਕੇ ਦੇ ਵਿੱਚ ਰੇਤ ਇਸਤੇਮਾਲ ਹੁੰਦੀ ਹੈ, ਇਸ ਡੇਕ ਦੇ ਵਿੱਚ ਇਸਤੇਮਾਲ ਹੁੰਦੀ ਹੈ। ਅਤੇ ਦੂਸਰਾ ਫਾਇਦਾ ਹੈ ਕਿ ਪਾਣੀ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਹੈ। ਇਹ ਡੇਕ ਆਉਂਦੀ ਹੈ, ਜਿੰਨਾ ਵੀ ਪਾਣੀ ਆਉਂਦਾ ਹੈ ਇੰਡੀਆ ਤੋਂ ਆਉਂਦਾ ਹੈ, ਇਹ ਰਾਸਤਾ ਜੋ